अखंड जाप 11 बजे प्रारंभ होने हैं। उस तो पहला सतगुरु साहिब बंदी छोड़ महाराज जी की अमृतमय बाणी दे गुणगान सत्संग 1 घंटे लिए हो रहे हैं। सभी पिंड वासी संगत, लागले पिंडा की संगत और बारह आई हुई गुरु प्यारी संगत, सभी सतगुरदेव जी के प्रेमी जन, सभी को मैं पहला ये सूचना दिता हाँ, खास करके पिंड वासी सारी संगत जिन्हों का श्री गुरु तेग महाराज जी के नाल हर एक का बच्चे बच्चे का बड़ा एक बाप के समान और गुरु महाराज जी ने भी सभी पिंडवासी संगत के नाल सारा जीवन जिहड़ा है एक परिवार की तरह निभाया है। सो गुरुआं दी पवित्र याद विच तीन दिन का समागम शुरू हो रहा है। बेशक गर्मी का मौसम है, गर्मी के मौसम विच कई तरह दीआं परेशानियां भी संगतां नूं प्राप्त मिलदियां हन, लेकिन परेशानियां ना देखते हुए गुरुआं दी कृपा प्राप्त करन वास्ते, गुरुआं दी सेवा करन वास्ते, इस जीवन दे लाहे लैण वास्ते वध तो वध टाइम कट के सतगुरु जी दे दरबार विच तन मन धन दे नाल सहयोग करदे हुए गुरु महाराज जी दीआं खुशियां आशीर्वाद प्राप्त करने हन। सो सभी पिंड वासी संगत समागम शुरू हो चुका है, सभी सतगुरु जी के दरबार विखे पहुँचन, सतगुरां के दरबार विच गुरु महाराज जी के सभी संतान जो प्रेरणा प्राप्त हुई है सतगुरु जी के दरबार की, उस विच सभी संगतां सतगुरु जी दरबार विखे पहुँच के हाजरियां भरन, जो कुटिया दे विच इधर उधर कमरियां विच संगतां कोई भी प्रेमी जिहड़ा सतगुरु के दरबार में आया है समागम पहुंचा है वो इधर उधर जिहड़ा है वो घूमने की बजाय सतगुरु के दरबार में पहुंचे, भंडार का काम भी जिहड़ा है वो बाद विच भोजन का बनाने का जिहड़ा काम है बाद विच होवेगा, सत्संग जिहड़ा है ये सब तो उपर होता है। प्रथम भक्ति संतन कर संगा जदों असी सतगुरां दे सहब के गुणगान सुन के अपना हिरदा जिहड़ा है सतगुरां दे प्यार नाल जोड़दे हाँ तद ही साडा सतगुर दे दरबार में जाके जीवन सफल होता है। यो तपो भूमि है जिथे सतगुरु ब्रह्म सागर जी पुरी वाले महाराज जी ने इस नगरी विखे अवतार धारण करके बचपन का समा जिहड़ा है इस भूमि ते बिताया है। सतगुरु जी का बचपन
ਅਲੀ ਭੂਮੀ ਦੇ ਨਾਲ ਜੁੜਿਆ ਹੋਇਆ ਹੈ, ਜਿਹੜੇ ਸਤਿਗੁਰੂ ਜੀ ਨੇ ਅਨੰਤਾਂ ਹੀ ਅਨੰਤਾਂ ਪ੍ਰਾਣੀਆਂ ਨੂੰ ਉਤਾਰਨ ਵਾਸਤੇ ਇਸ ਸੰਸਾਰ ਵਿੱਚ ਅਵਤਾਰ ਲਿਆ। ਉਸ ਸਤਿਗੁਰੂ ਜੀ ਨੇ ਇਸ ਤਪ ਭੂਮੀ 'ਤੇ ਬਹੁਤ ਲੰਬੇ ਸਮੇਂ ਤੱਕ ਨਿਵਾਸ ਵੀ ਕੀਤਾ ਹੈ, ਇਸ ਧਰਤੀ ਨੂੰ ਪਵਿੱਤਰ ਕੀਤਾ ਹੈ, ਜਿੱਥੇ ਸਵਾਮੀ ਸੰਤ ਰਾਮ ਮਹਾਰਾਜ ਜੀ ਨੇ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਇਸ ਦਰਬਾਰ ਦੀ ਸਥਾਪਨਾ ਕੀਤੀ ਹੈ। ਇਹ ਉਹ ਤਪ ਭੂਮੀ ਹੈ ਜਿੱਥੇ ਸਤਿਗੁਰ ਪੁਰੀ ਵਾਲੇ ਗ੍ਰੰਥ ਸਾਗਰ ਮਹਾਰਾਜ ਬਚਪਨ ਵਿੱਚ ਭਜਨ ਸਿਮਰਨ ਦੇ ਵਿੱਚ ਲੀਨ ਹੁੰਦੇ ਸਨ। ਇਹ ਉਹ ਤਪ ਭੂਮੀ ਹੈ ਜਿਹਨੂੰ ਉਹਨਾਂ ਦੇ ਸ਼ਿਸ਼ ਬ੍ਰਹਮ ਗਿਆਨੀ ਮਹਾਂਪੁਰਸ਼ ਸਵਾਮੀ ਸੰਤ ਰਾਮ ਮਹਾਰਾਜ ਜੀ, ਜਿਨ੍ਹਾਂ ਨੇ ਇਸ ਦਰਬਾਰ ਦੀ ਸਥਾਪਨਾ ਕੀਤੀ ਹੈ, ਉਹਨਾਂ ਦੀ ਅਗਰ ਅਸੀਂ ਜੀਵਨ ਲੀਲਾ ਵੱਲ ਦੇਖੀਏ, 8 ਸਾਲ ਦੀ ਉਮਰ ਵਿੱਚ ਸਵਾਮੀ ਸੰਤ ਰਾਮ ਮਹਾਰਾਜ ਜੀ ਨੇ ਘਰ ਬਾਹਰ ਤਿਆਗ ਕੇ ਪ੍ਰਭੂ ਪਰਮਾਤਮਾ ਨੂੰ ਸਾਹਿਬ ਨੂੰ ਮਿਲਣ ਵਾਸਤੇ ਸਾਧਨ ਵਾਲਾ ਜੀਵਨ ਧਾਰਨ ਕੀਤਾ। ਉਸ ਸਮੇਂ ਵਿੱਦਿਆ ਅਧਿਐਨ ਵਿੱਦਿਆ ਦੀ ਪੜ੍ਹਾਈ ਕਰਕੇ ਫਿਰ ਇਤਿਹਾਸ ਦੇ ਮੁਤਾਬਕ 29 ਸਾਲਾਂ ਤੱਕ ਲਗਾਤਾਰ ਸਤਿਗੁਰ ਸਾਹਿਬ ਬ੍ਰਹਮ ਸਾਗਰ ਦੀ ਪੁਰੀ ਵਾਲੇ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਵਿੱਚ ਰਹਿ ਕੇ ਉਹਨਾਂ ਦੇ ਹਰ ਹੁਕਮ ਨੂੰ ਪਾਲਣਾ ਕਰਦੇ ਹੋਏ ਸਤਿਗੁਰਾਂ ਦੇ ਹਜ਼ੂਰੀ ਵਿੱਚ ਸੇਵਾ ਦੀ ਡਿਊਟੀ ਨਿਭਾਈ ਹੈ। 29 ਸਾਲ ਦਾ ਸਮਾਂ ਬਹੁਤ ਲੰਬਾ ਸਮਾਂ ਹੁੰਦਾ ਹੈ। 29 ਸਾਲ ਦੇ ਵਿੱਚ ਸਤਿਗੁਰ ਦੇ ਨਾਲ ਲੈ ਕੇ ਉਸ ਤੋਂ ਬਾਅਦ ਤਕਰੀਬਨ 25 ਸਾਲਾਂ ਤੱਕ ਇਸ ਰਾਮਪੁਰ ਧਾਮ ਦੀ ਇਸ ਤਪ ਭੂਮੀ 'ਤੇ ਤਪ ਭਜਨ ਕਰਦੇ ਰਹੇ। ਜਗ੍ਹਾ ਜਗ੍ਹਾ ਉਹਨਾਂ ਦੇ ਛੱਪੜ ਵਿੱਚ ਤਪ ਸਥਾਨ ਹਨ, ਜਗ੍ਹਾ ਜਗ੍ਹਾ ਉਸ ਇਸ ਭੂਮੀ ਨੂੰ ਉਹਨਾਂ ਨੇ ਪਵਿੱਤਰ ਕੀਤਾ ਹੈ। 25 ਸਾਲਾਂ ਤੱਕ ਲਗਾਤਾਰ ਇਸ ਭੂਮੀ 'ਤੇ ਭਜਨ ਸਿਮਰਨ ਕਰਦੇ ਹੋਏ, ਸੇਵਾ ਕਰਦੇ ਹੋਏ, ਸਤਿਗੁਰਾਂ ਦੇ ਇਸ ਤੀਰਥ ਨੂੰ ਪ੍ਰਗਟ ਕਰਨ ਵਾਸਤੇ ਹਰ ਯਤਨ ਕਰਦੇ ਰਹੇ ਔਰ ਫਿਰ ਬਿਲਕੁਲ ਤੰਦਰੁਸਤ ਅਵਸਥਾ ਦੇ ਵਿੱਚ ਤੜਕੇ 2 ਵਜੇ ਦੁੱਧ ਜਗਾ ਕੇ ਆਪਣੇ 5 ਭੌਤਿਕ ਸਰੀਰ ਨੂੰ ਤਿਆਗ ਕੇ ਸਤਿਗੁਰਾਂ ਦੀ ਗੁਰਪੁਰੀ ਦੇ ਵਿੱਚ ਪਹੁੰਚ ਗਏ ਹਨ। ਐਸੇ ਬ੍ਰਹਮ ਗਿਆਨੀ ਮਹਾਂਪੁਰਸ਼ ਜਿਨ੍ਹਾਂ ਦਾ ਜੀਵਨ ਇੱਕ ਬਹੁਤ ਬੜਾ ਆਦਰਸ਼ ਹੈ ਸਾਡੇ ਵਾਸਤੇ, ਇੱਕ ਮਿਸਾਲ ਹੈ, ਬਹੁਤ ਬੜੀ ਸਾਡੇ ਲਈ ਸਿੱਖਿਆ ਹੈ। ਉਹ ਬ੍ਰਹਮ ਗਿਆਨੀ ਮਹਾਂਪੁਰਸ਼ ਸਵਾਮੀ ਸੰਤ ਰਾਮ ਮਹਾਰਾਜ ਜੀ ਹਮੇਸ਼ਾ ਹੀ ਮੈਨੂੰ ਵੀ ਕਈ ਵਾਰ ਉਹਨਾਂ ਦੇ ਕੋਲ ਬੈਠ ਕੇ ਦਰਸ਼ਨ ਕਰਨ ਦਾ ਮੌਕਾ ਪ੍ਰਾਪਤ ਹੋਇਆ ਔਰ ਉਸ ਤੋਂ ਬਾਅਦ ਗੁਰਦੇਵ ਮਹਾਰਾਜ ਜੀ ਦੇ ਕੋਲੋਂ, ਅਮਰਨਾਥ ਮਹਾਰਾਜ ਜੀ ਦੇ ਕੋਲੋਂ ਉਹਨਾਂ ਦੀ ਲੀਲਾ ਜਿਹੜੀ ਪ੍ਰਾਪਤ ਹੁੰਦੀ ਰਹੀ, ਉਹਦੇ ਵਿੱਚ ਸਵਾਮੀ ਸੰਤ ਰਾਮ ਮਹਾਰਾਜ ਜੀ ਸਤਿਗੁਰਾਂ ਦੀ ਅੰਮ੍ਰਿਤਮੇ ਬਾਣੀ ਦੇ ਬਚਨ ਉਚਾਰਨ ਕਰਦੇ ਸਨ ਕਿ ਜਿਉਂ ਰਾਖੇ ਤਿਉਂ ਹੀ ਰਹੂੰ ਮੇਰਾ ਕਿਆ ਚਾਰਾ, ਖਾਨੇ ਜਾਤ ਗੁਲਾਮ ਹੈ ਖਰੀਦ ਤੁਮਾਰਾ। ਇਹ ਸਤਿਗੁਰੂ ਗਰੀਬ ਦਾਸ ਮਹਾਰਾਜ ਜੀ ਦੀ ਬਾਣੀ ਹੈ। ਜਿਉਂ ਰਾਖੇ ਤਿਉਂ ਹੀ ਰਹੂੰ ਮੇਰਾ ਕਿਆ ਚਾਰਾ, ਖਾਨੇ ਜਾਤ ਗੁਲਾਮ ਹੈ ਖਰੀਦ ਤੁਮਾਰਾ। ਸਤਿਗੁਰੂ ਤੁਸੀਂ ਮੈਨੂੰ ਜਿਸ ਰਜਾ ਦੇ ਵਿੱਚ ਰੱਖਣਾ ਹੈ ਮੈਂ ਉਸੀ ਰਜਾ ਦੇ ਵਿੱਚ ਰਾਜੀ ਹੂੰ।
मेरा थोड़े उपर कोई जोर नहीं है क्योंकि मैं जन्मा जन्मा का थोड़ा गुलाम खरीदया हुआ दास हाँ थोड़े हुक्म दे विच मेरा जीवन है। ये श्लोक बारंबार स्वामी संतरा महाराज जी सहमदार कारण किया हुआ अपने जीवन में पढ़ते सन और एक श्लोक ये बहुत पढ़ते सन कि पूर्ण ब्रह्म के पारवान सुन के शुक्रकार गरीब दास मुझ दीन की रखो बहुत समान। इस श्लोक को बारंबार पढ़ते सन और सतगुरु पूरी वाले महाराज जी ने जेडे उन्होंने सतगुरु थे गुरुदेव सन उन्होंने सतगुरु की संज्ञा लिखी रूप में देके उन्होंने पूरे रोज आरती तो बाद प्रार्थना करते सन कि सतगुरु जी मेरी तुसी लाज रखने थोड़े चरण कमलों के सारे सुख हैं थोड़े दर्शन मात्र के नाल सारे दुख दूर हो जाते हैं थोड़े चरण कमलों के सभी सुख प्राप्त होते हैं तुसी मेरी लाज रखनी है। ये जिन्हें भी वचन हैं एक पतिवर्ता महान पुरशा दे हुए उन्होंने रूप नहीं उन्होंने अवतार नहीं उन्होंने सेवक उन्होंने दास उन्होंने खरीदे हुए गुलाम ये पतिवर्ता महान पुरशा की निशानी है जेडे के सतगुरु के चरण कमलों के दास बन गए उन्होंने चरण राज बन के हमेशा ही अपने जीवन में उन्होंने चरण कमलों के रेंगे थे। उस बाद गुरुदेव महाराज जिन्हों की यह दसवीं बरसी का समागम है गुरुदेव महाराज सतगुरु जी की पवित्र याद में प्रभु परमात्मा की पवित्र याद में उन्होंने छोटे हुंदिया ने ही घर बार त्याग के स्वामी संतरा महाराज जी की किशोर अवस्था के 22 साल की अवस्था के ही महाराज संतरा जी को स्वामी अमरनाथ महाराज जी की प्रेरणा न आ गए। उन्होंने जीवन बहुत कठिनाई वाला जीवन है पहला नंगे पैरी तप करते सन और हर समय उन्होंने बहुत कठिनाई वाली सेवा थी। गरीबी के समय के पहाड़ तो पत्थर ढो के लकड़ा ढो के सारी व्यवस्था जोड़ा है सेवा करते सन। उन्होंने जीवन इस दरबार में सेवा नाल जुड़िया हुआ है। 47 साल का समा लगातार इस बंदीशोर माता के पावन दरबार के उन्हों की सेवा चलती रही है। ओ गुरुदेव महाराज जिन्हों के नाल तकरीबन 25 साल तक बिल्कुल कोल रह के नाल रह के उन्होंने जीवन के उन्होंने नाल नाल हर काम के मैनू भी इस जीवन उन्होंने संगत करने का मौका प्राप्त होया। सुबह रोजा नित नेम ठा के 2-2:30 बजे उठ के बाणी गाते सन और प्रभु की सतगुरु की पवित्र याद में और रोंदे भी सन घंटिया बड़ी उन्होंने रोना भी होता था सतगुरु की पवित्र याद में घंटिया बड़ी बाणी गाते सन। सारा जीवन सेवा दे विच समर्पण था और आखिर वेले मैंने होता कि मेरी कोई याद नहीं बनानी मेरी राग मेरे गुरुदेव महाराज जी समाधि के मोहरे
ਸਾਡੇ ਫਸਲ 'ਚ ਦਵਾ ਦਿੱਤੇ ਨੇ। ਆਪਣੇ ਵੱਲੋਂ ਪੱਥਰ ਵੀ ਲਾਇਆ, ਟਰੱਸਟ ਵੱਲੋਂ ਆਪਣਾ ਪ੍ਰਧਾਨਗੀ ਵਿੱਚ ਆਪਣਾ ਨਾਂ ਲਿਖੇ ਅਤੇ ਕੋਈ ਸਮਾਧੀ ਕੋਈ ਯਾਦ ਮੇਰੀ ਨਹੀਂ ਬਣਾਉਣੀ, ਆਪਣੀ ਕੋਈ ਵੀ ਨਿਸ਼ਾਨੀ ਨਹੀਂ ਰੱਖਣੀ। ਸਤਿਗੁਰਾਂ ਦਾ ਹੀ ਸਭ ਕੁਛ ਹੈ ਔਰ ਸਤਿਗੁਰਾਂ ਦੇ ਦੋਨੇ ਸਮਾਗਮ ਮੇਰੇ ਸਤਿਗੁਰੂ ਔਰ ਮੇਰੇ ਗੁਰੂ ਮਹਾਂ ਦੇ ਸਮਾਗਮ ਬਣਾਉਣੇ ਹਨ। ਲੇਕਿਨ ਸੰਗਤ ਦਾ ਪਿਆਰ ਹੈ, ਸੰਗਤ ਦੇ ਮਾਰਗ ਦਰਸ਼ਕ ਹਨ, ਸੰਗਤ ਨੂੰ ਸਤਿਗੁਰਾਂ ਦਾ ਪਿਆਰ ਉਹਨਾਂ ਦੇ ਪਾਸੋਂ ਪ੍ਰਾਪਤ ਹੋਇਆ ਹੈ। ਤੋ ਆਪਣੇ ਗੁਰੂ ਦੀ ਪਵਿੱਤਰ ਯਾਦ ਵਿੱਚ ਸਮਾਗਮ ਬਣਾਉਣੇ ਤੋਂ ਬਗੈਰ ਕੋਈ ਰਹਿ ਨਹੀਂ ਸਕਦਾ। ਮੈਂ ਵੀ ਨਹੀਂ ਰਹਿ ਸਕਦਾ, ਹੋਰ ਵੀ ਕੋਈ ਨਹੀਂ ਰਹਿ ਸਕਦਾ, ਪਰ ਉਹਨਾਂ ਦੀ ਯਾਦ ਨੂੰ ਸਮਾਧੀ ਦੇ ਰੂਪ ਵਿੱਚ ਕਾਇਮ ਕੀਤੇ ਬਗੈਰ ਕੋਈ ਨਹੀਂ ਰਹਿ ਸਕਦਾ। ਉਹ ਸਾਰੇ ਕੰਮ ਕਰਨੇ ਪਏ, ਲੇਕਿਨ ਉਹਨਾਂ ਨੇ ਆਪਣੇ ਜੀਵਨ ਵਿੱਚ ਇਸ ਦੀ ਇਜਾਜ਼ਤ ਨਹੀਂ ਦਿੱਤੀ। ਠੀਕ ਸਤਿਗੁਰਪੁਰੀ ਵਾਲੇ ਗ੍ਰੰਥ ਸਾਗਰ ਮਹਾਰਾਜ ਦੀ ਤਰ੍ਹਾਂ, ਜਿਹੜੇ ਕਿ ਸਭ ਕੁਛ ਆਪਣਾ ਸ਼ਰਾਣੀ ਧਾਮ ਦੇ ਵਿੱਚ ਹੀ ਸਮਝਦੇ ਸਨ, ਆਪਣਾ ਕੋਈ ਉਹਨਾਂ ਨੇ ਕੋਈ ਇਜਾਜ਼ਤ ਕਿਸੇ ਨੂੰ ਆਪਣਾ ਨਾਮ ਤੱਕ ਲੈਣ ਦੀ ਕੋਈ ਸਥਾਨ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ। ਉਹਨਾਂ ਦੀ ਮਰਿਆਦਾ ਦੇ ਵਿੱਚ ਚੱਲਦੇ ਹੋਏ ਗੁਰਦੇਵ ਮਹਾਰਾਜ ਨੇ ਆਪਣੇ ਵਾਸਤੇ ਕੋਈ ਕੁਛ ਵੀ ਬਣਾਉਣ ਦਾ ਕੋਈ ਇਜਾਜ਼ਤ ਨਹੀਂ ਦਿੱਤੀ। ਇਹ ਨਿਸ਼ਾਨੀ ਹੈ ਅਤੀ ਵਰਤਾ ਮਹਾਨ ਪੁਰਸ਼ਾਂ ਦੀ, ਨਾ ਆਪਣੇ ਆਪ ਨੂੰ ਕੋਈ ਗੱਦੀ ਨਸ਼ੀਨ ਕਹਾਉਂਦੇ ਸਨ, ਨਾ ਉਹਨਾਂ ਦਾ ਅਵਤਾਰ ਕਹਾਉਂਦੇ ਸਨ, ਨਾ ਉਹਨਾਂ ਦਾ ਰੂਪ ਮੰਨਦੇ ਸਨ। ਉਹ ਸਤਿਗੁਰਾਂ ਦੇ ਜੜ ਭਗਤਾਂ ਦੇ ਸੇਵਕ, ਸਾਰਾ ਜੀਵਨ ਜਿਹੜਾ ਹੈ ਸੇਵਕ ਦੀ ਤਰ੍ਹਾਂ ਬਿਤਾ ਕੇ ਆਖਰ ਵੇਲੇ ਆਪਣੇ ਗੁਰਦੇਵ ਮਹਾਰਾਜ ਦਾ ਤਰੌਸੀ ਦਾ ਦਿਨ ਹੀ ਲੈਂਦੇ ਹੋਏ 20 ਤਰੀਕ ਨੂੰ ਅਸ਼ਟਮੀ ਸੀ। ਅਸ਼ਟਮੀ ਦੇ ਬਾਅਦ ਹੀ ਉਹਨਾਂ ਨੇ ਆਪਣਾ ਜਿਹੜਾ ਹੈ 24 ਤਰੀਕ ਨੂੰ 24 ਮਈ ਨੂੰ ਸਰੀਰ ਛੱਡਿਆ ਤਰੌਸੀ ਵਾਲੇ ਦਿਨ। ਉਹ ਵੀ ਠੀਕ ਤੰਦਰੁਸਤ ਅਵਸਥਾ ਵਿੱਚ, ਕੋਈ ਕਿਸੇ ਨੂੰ ਪਤਾ ਨਹੀਂ ਥਾ ਕਿ ਅੱਜ ਸਰੀਰ ਛੱਡਣਾ ਹੈ। 8-9 ਵਜੇ ਤੱਕ ਉੱਪਰ ਛੱਤ ਦੇ ਘੁੰਮਦੇ ਹੋਏ ਬਾਣੀ ਗਾ ਰਹੇ ਸਨ। ਤੋ ਉਹਨਾਂ ਦਾ ਸਾਰਾ ਜੀਵਨ ਇੱਕ ਪਤੀਵਰਤਾ ਮਹਾਨ ਪੁਰਸ਼ਾਂ ਦਾ ਜੀਵਨ ਹੈ। ਇਹ ਭੂਮੀ, ਇਹ ਦਰਬਾਰ ਉਸ ਗੁਰਦੇਵ ਮਹਾਰਾਜ ਦੀ ਵੀ ਤਪੋ ਭੂਮੀ ਹੈ, ਜਿਨ੍ਹਾਂ ਨੇ ਸਾਰਾ ਜੀਵਨ ਸਤਿਗੁਰਾਂ ਦੇ ਅੰਦਰ ਅਰਪਣ ਕੀਤਾ ਹੈ। ਇਹ ਉਹ ਤਪੋ ਭੂਮੀ ਹੈ ਜਿੱਥੇ ਸਵਾਮੀ ਸੰਤਰਾ ਮਹਾਰਾਜ ਦੇ ਹੁਕਮ ਨਾਲ ਪੂਜਨੀ ਅਮਰਨਾਥ ਮਹਾਰਾਜ ਜੀ ਨੇ ਆਪਣਾ ਸਾਰਾ ਜੀਵਨ, ਨੌਕਰੀ ਵੀ ਕੀਤੀ, ਸਾਰਾ ਜੀਵਨ ਇਸ ਦਰਬਾਰ ਨਾਲ ਜੁੜ ਕੇ ਆਖਰੀ ਸਵਾਸਾਂ ਤੱਕ ਇਸੀ ਤਪੋ ਭੂਮੀ ਦੇ ਭਜਨ ਸਿਮਰਨ ਕਰਦੇ ਰਹੇ। ਅਸ਼ਟਮੀ ਵਾਲੇ ਦਿਨ ਮੈਨੂੰ ਕੋਲ ਬੁਲਾ ਕੇ ਕਹਿੰਦੇ ਕਿ ਦੱਸ ਤਰੌਸੀ ਕਿਸ ਦਿਨ ਹੈ, ਉਹਨਾਂ ਦਿਨ ਕੀ ਹੈ। 26 ਅਕਤੂਬਰ ਦੀ ਅਸ਼ਟਮੀ ਸੀ, ਅਸ਼ਟਮੀ ਵਾਲੇ ਦਿਨ ਮੈਨੂੰ ਪੁੱਛਿਆ, ਮੈਂ ਕਿਹਾ ਕਿ 1 ਨਵੰਬਰ ਤੋਂ ਤਰੌਸੀ ਹੈ, ਕੋਈ ਦਿਨ ਥਾ ਕਿਆ ਥਾ ਮੈਨੂੰ ਯਾਦ ਨਹੀਂ, ਦਿਨ ਪੁੱਛਿਆ ਔਰ ਤਰੀਕ ਪੁੱਛੀ ਕਿ ਤਰੌਸੀ ਕਿਸ ਦਿਨ ਹੈ ਅਸ਼ਟਮੀ ਵਾਲੇ ਦਿਨ। ਠੀਕ ਉਹ ਤੋਂ 24 ਘੰਟੇ ਪਹਿਲਾਂ ਅੱਖਾਂ ਬੰਦ ਕਰ ਲਈਆਂ, ਹਸਪਤਾਲ ਵਿੱਚ ਵੀ ਲੈ ਕੇ ਚਲੇ ਗਏ, ਲੇਕਿਨ ਮੈਨੂੰ ਹੁਕਮ ਤਾ ਕਿ ਮੈਨੂੰ ਕਿਸੇ ਹਸਪਤਾਲ ਵਿੱਚ ਨਾ ਲੈ ਕੇ ਜਾਣਾ। ਲੇਕਿਨ ਸੇਵਕ ਓਮ ਪ੍ਰਕਾਸ਼ ਹੈ ਨਹੀਂ ਮੰਨਿਆ, ਉਹਨਾਂ ਦਾ ਚੇਲਾ ਅਖਰ ਨੂੰ ਦੂਰ ਪਰ ਆਪਣਾ ਹਸਪਤਾਲ ਵਿੱਚ ਵੀ ਆਪਣਾ ਐਮਰਜੈਂਸੀ ਵਿੱਚ ਉਹਨਾਂ ਨੂੰ ਰੱਖਿਆ। 1 ਨਵੰਬਰ ਨੂੰ 12 ਵਜੇ ਦਿਨ ਬਦਲਿਆ, ਤਰੀਕ ਬਦਲੀ,
ਪਹਿਲੀ ਨੰਬਰ ਹੋਈ 1 ਵਜੇ ਹੋਣੀ ਹੋਣੀ ਸ੍ਰੀ ਸ਼ਰਤ ਬਿਠਾ। ਪਹਿਲਾਂ ਹੀ ਉਹ ਸੰਕਲਪ ਲੈ ਕੇ ਆਪਣੇ ਗੁਰੂਆਂ ਦੇ ਦਿਲ ਨੂੰ ਇੰਤਜ਼ਾਰ ਕਰ ਰਹੇ ਸਨ। ਉਹ ਪਤੀਵਰਤਾ ਮਹਾਨ ਪੁਰਸ਼ ਸਨ, ਉਹਨਾਂ ਦਾ ਹਰ ਸੰਕਲਪ ਸਤਿਗੁਰ ਪੂਰਨ ਕਰ ਰਿਹਾ। 5-6 ਦਿਨ ਪਹਿਲਾਂ ਹੀ ਪੁੱਛ ਕੇ ਆਪਣੇ ਸਿੱਖ ਛੱਡਣ ਦਾ ਦਿਨ ਜਿਹੜਾ ਨਿਸ਼ਚਿਤ ਕਰ ਲਿਆ। ਇਹ ਐਸੇ ਮਹਾਂਪੁਰਸ਼ਾਂ ਦੀ ਤਪੋ ਭੂਮੀ ਹੈ, ਇਹ ਉਹਨਾਂ ਮਹਾਂਪੁਰਸ਼ਾਂ ਦੀ ਤਪੋ ਭੂਮੀ ਹੈ ਜੇ ਸਵਾਮੀ ਕੇਵਲਦਾਸ ਮਹਾਰਾਜ ਜੀ ਨੇ ਆਪਣਾ ਸਾਰਾ ਜੀਵਨ ਸਤਿਗੁਰਾਂ ਦੇ ਗੁਰੂਆਂ ਦੇ ਨਿਮਿਤ ਅਰਪਣ ਕਰ ਦਿੱਤਾ ਹੈ। ਇਹ ਉਹਨਾਂ ਮਹਾਂਪੁਰਸ਼ਾਂ ਦੀ ਤਪੋ ਭੂਮੀ ਹੈ ਜਿਹਨਾਂ ਨੇ ਮਾਈ ਔਰ ਭਗਤ ਜੀ ਹਰਬੰਸ ਲਾਲ ਜਿਹਨਾਂ ਨੇ ਆਪਣਾ ਘਰ ਬਾਰ ਤਿਆਗ ਕੇ ਸਾਰਾ ਜੀਵਨ ਇਸ ਤਪੋ ਭੂਮੀ ਦੀ ਸੇਵਾ ਦੇ ਵਿੱਚ ਬਿਤਾਇਆ। ਸੋਏ ਇੱਕ ਨਹੀਂ ਦੋ ਨਹੀਂ ਸੱਤ ਅੱਠ ਮਹਾਨ ਪੁਰਸ਼ਾਂ ਦੇ ਇਸ ਤਪੋ ਭੂਮੀ ਦੇ ਵਿੱਚ ਸਰੀਰ ਸਾਰੇ ਜੀਵਨ ਜਿਹੜਾ ਹੈ ਉਹਨਾਂ ਦਾ ਅਰਪਣ ਹੋਇਆ ਹੈ। ਇਸ ਚਾਰ ਵਾਰੀ ਦੇ ਅੰਦਰ ਸਭ ਜਗ੍ਹਾ ਇਹਨਾਂ ਗੁਰੂਆਂ ਦੇ ਤਪਸਥਾਨ ਹਨ, ਉਹਨਾਂ ਦੇ ਚਰਨ ਪਏ ਹੋਏ ਹਨ, ਉਹਨਾਂ ਦੀ ਹੱਥੀ ਸੇਵਾ ਕੀਤੀ ਹੋਈ ਹੈ। ਸੋ ਇਹ ਸਾਰੀ ਚਾਰ ਦੁਆਰੀ ਦੇ ਅੰਦਰ ਮਹਾਨ ਪੁਰਸ਼ਾਂ ਦੀ ਪਵਿੱਤਰ ਕੀਤੀ ਹੋਈ ਇੱਕ ਜਗ੍ਹਾ ਹੈ, ਤਪੋ ਭੂਮੀ ਹੈ, ਮਹਾਨ ਦਰਬਾਰ ਹੈ। ਇਸ ਦਰਬਾਰ ਵਿੱਚ ਆ ਕੇ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ, ਸਾਡੇ ਸੰਗਤ ਦੇ ਵਿੱਚ ਇਹ ਬੜੀ ਵੱਡੀ ਇੱਕ ਕਮੀ ਮਹਿਸੂਸ ਹੁੰਦੀ ਹੈ ਕਿ ਨਾ ਸਤਿਗੁਰਾਂ ਦੀ ਬਾਣੀ ਵੱਲ ਧਿਆਨ, ਨਾ ਸਤਸੰਗ ਦੇ ਵੱਲ ਧਿਆਨ, ਅਤੇ ਮੱਥਾ ਟੇਕ ਲਿਆ ਅਤੇ ਰੋਟੀ ਬਣਾ ਲਈ ਖਾ ਲਈ, ਹੋਰ ਗੱਲਾਂ ਬਾਤਾਂ ਇੱਧਰ ਵੀ ਕਰ ਲਈਆਂ, ਅਤੇ ਕਮਰੇ ਦੇ ਵਿੱਚ ਠੀਕ ਠਾਕ ਕਮਰਾ ਹੋਣਾ ਚਾਹੀਦਾ, ਹਵਾ ਠੀਕ ਠਾਕ ਆਉਣੀ ਚਾਹੀਦੀ, ਉੱਥੇ ਬਸ ਆਹੀ ਕੁਛ ਦੇਖਦੇ ਹੈ। ਇਹ ਤੋਂ ਬਾਅਦ ਇਹ ਨਹੀਂ ਪਤਾ ਕਿ ਕਿਸ ਜਗ੍ਹਾ ਅਸੀਂ ਆਏ ਹਾਂ। ਇਹ ਗੁਰੂਆਂ ਦੀ ਤਪੋ ਭੂਮੀ ਹੈ ਜਿੱਥੇ ਇੰਨੇ ਗੁਰੂਆਂ ਨੇ ਪਤੀਵਰਤਾ ਮਹਾਨ ਪੁਰਸ਼ਾਂ ਨੇ ਆਪਣਾ ਸਾਰਾ ਸਾਰਾ ਜੀਵਨ ਲਾ ਦਿੱਤਾ ਇੱਥੇ, ਤਪ ਭਜਨ ਦੇ ਵਿੱਚ ਆਪਣਾ ਜੀਵਨ ਸਫਲ ਕਰ ਗਏ, ਆਪਣਾ ਸਾਰਾ ਜੀਵਨ ਉਹਨਾਂ ਨੇ ਸਫਲ ਕਰ ਦਿੱਤਾ। ਸੋ ਉਹਨਾਂ ਦੀ ਇਸ ਪਵਿੱਤਰ ਭੂਮੀ 'ਤੇ ਜੋ ਵੀ ਚਾਰ ਦੁਆਰੀ ਦੇ ਅੰਦਰ ਸੇਵਾਦਾਰ ਸੰਗਤ ਕੋਈ ਵੀ ਆਉਂਦਾ ਹੈ ਉਹਨਾਂ ਦੇ ਵਾਸਤੇ ਸਿਰਫ 3 ਕੰਮ ਹੀ ਜਾਇਜ਼ ਬਣਦੇ ਹਨ। ਅਸੀਂ ਇਸ ਦਰਬਾਰ ਦੇ ਵਿੱਚ ਕਿਸੇ ਦੇ ਉੱਤੇ ਕੋਈ ਜ਼ਿਆਦਾ ਬੰਧਨ ਨਹੀਂ ਲਾਉਂਦੇ, ਕੋਈ ਵਰਦੀਆਂ ਪਾਉਣ ਵਾਸਤੇ ਨਹੀਂ ਕਹਿੰਦੇ, ਕੋਈ ਹੋਰ ਕਿਸੇ ਕਿਸਮ ਦੀ ਨਵੀਂ ਮਰਿਆਦਾ ਨਹੀਂ ਸੀ ਵੀ ਕੈਸੇ ਵੀ ਕੱਪੜੇ ਦੇ ਵਿੱਚ ਆਓ, ਲੇਕਿਨ ਕੁਟੀਆ ਦੇ ਅੰਦਰ ਚਾਹੇ ਦੇਵੀ ਆਉਂਦੇ ਹਨ ਚਾਹੇ ਕੁਛ ਆਉਂਦੇ ਹਨ, ਉਹਨਾਂ ਨੂੰ ਸਿੰਪਲ ਸਾਦੇ ਕੱਪੜੇ ਪਾਉਣੇ ਚਾਹੀਦੇ ਹਨ ਔਰ ਖੁੱਲ੍ਹੇ ਕੱਪੜੇ ਪਾਏ ਜਿਹਦੇ ਵਿੱਚ ਆਰਾਮ ਨਾਲ ਬੰਦਾ ਬੈਠ ਕੇ ਆਰਾਮ ਮਹਿਸੂਸ ਕਰਦਾ ਹੋਇਆ ਬੈਠ ਕੇ ਕਿਹੜੇ ਕਿਹੜੇ ਕੰਮ ਕਰ ਸਕੇ ਉਹ ਇਸ ਭੂਮੀ ਦੇ ਦਰਬਾਰ ਦੇ ਅੰਦਰ 3 ਕੰਮ ਕਰਨ ਵਾਲੇ ਬਣਦੇ ਹਨ ਸੰਗਤ ਦੇ ਲਈ। ਇੱਕ ਸੇਵਾ, ਇੱਕ ਸੁਮਰਨ, ਇੱਕ ਸਤਸੰਗ। ਸੇਵਾ, ਸੁਮਰਨ ਔਰ ਸਤਸੰਗ ਇਹ 3 ਕੰਮ ਜਿਹੜੇ ਹਨ ਇਸ ਦਰਬਾਰ ਵਿੱਚ ਆ ਕੇ ਬਣਦੇ ਹਨ। ਜੇ ਸਹੀ ਲਫ਼ਜ਼ਾਂ ਦੇ ਵਿੱਚ ਜੇ ਸਹੀ ਮਰਿਆਦਾ ਦੇਖਣਾ ਹੋਵੇ, ਅਸੀਂ ਕੋਈ ਸੰਗਤਾਂ ਦੇ ਲਈ ਹੋਰ ਕੋਈ ਬੰਧਨ, ਕੋਈ ਮਰਿਆਦਾ, ਕੋਈ ਨਵੀਂ ਨਹੀਂ ਲਾਉਂਦੇ, ਨਾ ਸਖਤੀ ਕਰਦਾ ਹਾਂ, ਨਾ ਹੋਰ ਕੁਛ ਕਹਿੰਦੇ ਹਾਂ ਕਿ ਇਸ ਤਰ੍ਹਾਂ ਕਰੋ ਤੁਸੀਂ, ਨਾ ਇਸ ਦਰਬਾਰ ਵਿੱਚ ਕਿਸੇ ਤੋਂ ਕੋਈ ਮੰਗ ਹੈ, ਨਾ ਕੋਈ ਹੋਰ ਸਖਤੀ ਹੈ, ਨਾ ਕੋਈ ਪਾਬੰਦੀ ਹੈ। ਲੇਕਿਨ ਇਹ ਬੇਨਤੀ ਮੈਂ ਜ਼ਰੂਰ ਕਰਦਾ ਹਾਂ ਕਿ ਜਿਹੜੀਆਂ ਵੀ ਸੰਗਤਾਂ ਸਤਿਗੁਰ ਦੇ ਦਰਬਾਰ ਵਿੱਚ ਆਉਣ, ਉਹਨਾਂ ਨੂੰ ਇਹ 3 ਕੰਮ ਕਰਨ ਦੇ ਲਈ ਤਿਆਰ ਹੋ ਕੇ ਆਉਣਾ ਚਾਹੀਦਾ ਹੈ, ਸੇਵਾ, ਸਤਸੰਗ ਔਰ ਸਿਮਰਨ। ਇਹਨਾਂ 3 ਕੰਮਾਂ ਦੇ ਕਰ ਲਈ
सादे कपड़े की लोड़ है, खुले कपड़े की लोड़ है, सादे कपड़े पाओ, पजामे भी पाओ, खुले कपड़े पाओ, ये आराम नाल बैठ के सत्संग भी सुन सकी है, सेवा भी कर सकी है, अपने कमरे में बैठ के सिमरन भी कर सकी है। इस तौर भूमि के अंदर जिन्ना असी सेवा करांगे उसका महान महान लाभ होगा, जिन्ना असी सिमरन करांगे उसका महान महान लाभ होगा। सुरती ज्यादा जुड़ेगी क्योंकि महान पुरुषों की पवित्र भूमि है, तपो भूमि है। जिन्ना असी सत्संग सुनांगे साडा सतगुरु के दरबार में वो समा लगेगा। इसलिए मैं सतगुरां दी बंदी छोड़ महाराज के दरबार में आई हुई, चाहे पिंडवासी संगत है, चाहे बाल संगत कोई आती है, सतगुरु के प्यार का खिंचा हुआ है कोई आता है, वो मैनू इन्ना प्यारा लगता है कि मैं सख्ती नाल कोई वचन नहीं कह सकता। मेरा जी नहीं करता कि मैं तुम्हें कोई सख्ती करा, क्योंकि सतगुरु का प्यारा है। सारिया संगतान किसी किसी की पाबंदी में असं नहीं पाते, क्योंकि सतगुरु का प्यार धारण करके हर कोई आता है। सतगुरु के दरबार में जो भी आया है वो असी सेवादार, अगर वह कोई असी विस्कार करिए, असी सख्ती बोलीए, यह साढ़े अंदरों आवाज नहीं आती। लेकिन मैं ये गल जरूर कहता हाँ संतान कि अगर वो सतगुरु के दरबार में आके कोई सतगुरु का जस नहीं सुन रहे, कोई सेवा नहीं कर रहे, कोई सिमरन नहीं कर रहे, इन्हों तिना कामों को अलावा अगला टाइम पास कर रहा, गलत बात कर रहा, इधर उधर गल कर रहा, इतने के मौसम को देख रहा, खुला इलाका देख रहा, बहुत लोग बाद माने कहते जी इस मौसम ही बहुत सोना खुला है, शहर में तो बड़ी तंगी आती है, मौसम में देख रहे हैं कि खुली जगह है, बहुत सोनी जगह है, ये नहीं पता भी इतनी कर की आए हैं, ये किसकी जगह है, कैसी जगह है, क्या है, कौन दरबार है। इसी काम को दसन वास्ते सतगुरु पूरी वाले महाराज इतने आए। मैं भी ये जो संगत सतगुरु के दरबार में, चाहे पिंडवासी संगत है, बाहरी संगत है, पिंडवासी संगत है, तो मैं सतगुरु के दरबार में दिन रात हर वेले सहयोग है, हर वेले लोड़ पैंदी है, हर वेले बुलाना पैंदा, हर वेले उन्हां दी लोड़ है आके हर कोई कार्य जिहड़ा करदे हन। तो मैं कुछ साल तो अपनी बुद्धि के मुताबिक सोचता था कि जो संगत है ये सतगुरु का रूप है, सतगुरु का रूप है, इन्हों किसी को सख्ती नाल कुछ नहीं कहना, और संगत जो भोजन करती है पंगता में बैठ के सतगुरु भोजन करते हैं, ऐसा मेरा विश्वास है। भंडार के जो संगत भोजन करती है तो सतगुरु ही भोग ला रहे हैं, ऐसा विश्वास है कि थोड़े थोड़ा भंडारा करिए, वधिया तो वधिया भंडारा करिए, संगत नो भोजन वधिया ते वधिया हो। लेकिन इस शिवरात्रि के प्रोग्राम तो कुछ दिन पहला अंदर बैठा हुआ मैं सोच रहा था कि इस बार कि संगतान बुलानी है, क्या क्या इंतजाम करना है, तबीयत भी कुछ खराब थी, लेकिन सोच रहा था उस समय गुरु महाराज जी ने थोड़ा जनी दान के नाल गुरु महाराज ने
ਤਾਂ ਉਹਨਾਂ ਦੇ ਦਰਸ਼ਨ ਤਾਂ ਹੁੰਦੇ ਰਹਿੰਦੇ ਆ, ਕੋਈ ਬਹੁਤ ਸਮਾਂ ਇਕੱਠੇ ਰਹੇ, ਕਈ ਸਾਲਾਂ ਤੱਕ ਇਕੱਠੇ ਰਹੇ ਹੈ। ਤਾਂ ਗੁਰੂ ਮਹਾਰਾਜ ਦੀ ਪ੍ਰੇਰਣਾ ਵੀ ਕਹਿੰਦੇ ਬਈ ਜਿਹੜਾ ਕੰਮ ਕਰਨ ਵਾਲਾ ਉਹ ਤਾਂ ਕਰਦੇ ਨਹੀਂ, ਜਿਹੜਾ ਕੰਮ ਕਰਨ ਵਾਲਾ ਉਹ ਕਰਦਾ ਨਹੀਂ ਹੈ। ਇਹ ਖਾਣ ਪਾਣ ਦੇ ਚੱਕਰ ਵਿੱਚ ਕਿੰਨਾ ਆਪਣੇ ਦਿਮਾਗ ਨੂੰ ਲਾ ਰਿਹਾ, ਲੋਕ ਐਡੇ ਵੱਡੇ ਜਿਹੜੇ ਹੋਏ ਖਾ ਪੀ ਕੇ ਹੋਏ ਆ, ਸਾਰੀ ਜ਼ਿੰਦਗੀ ਖਾਂਦੇ ਪੀਂਦੇ ਨੂੰ ਹੋ ਗਈ, ਬਹੁਤ ਪ੍ਰੋਗਰਾਮ ਵਿੱਚ ਪ੍ਰਾਂਤਾਂ ਵਿੱਚ ਬਹੁਤ ਕੁਝ ਖਾਇਆ ਜਾਂਦਾ, ਔਰਤਾਂ ਦੀਆਂ ਭੂਮਿਕਾ ਬਣਦੀਆਂ ਹਨ। ਲੇਕਿਨ ਇੱਥੇ ਆ ਕੇ ਕਿਆ ਚੀਜ਼ ਇਹਨਾਂ ਨੂੰ ਪ੍ਰਾਪਤ ਕਰਨ ਵਾਲੀ ਹੈ, ਇਹਨਾਂ ਨੂੰ ਦੱਸਣਾ ਜ਼ਰੂਰੀ ਹੈ। ਸਤਿਗੁਰਾਂ ਦਾ ਜਸ, ਸਤਿਗੁਰਾਂ ਦੀ ਬਾਣੀ, ਇਸ ਦਾ ਜੋ ਸਤਸੰਗ ਹੈ, ਇਹਦੇ ਵੱਲ ਨੂੰ ਖਾਸ ਕਿਸੇ ਦਾ ਧਿਆਨ ਨਹੀਂ ਹੈ। ਅਸੀਂ ਪ੍ਰੇਰਣਾ ਮੈਨੂੰ ਮਿਲੀ, ਉਸ ਪ੍ਰੇਰਣਾ ਦੇ ਮੁਤਾਬਕ ਮੈਂ ਦੂਸਰੇ ਦਿਨ ਇਸ ਪ੍ਰੋਗਰਾਮ ਨੂੰ ਆਪਣੇ ਬਰਨਾਲੇ ਤੋਂ ਜਿਹੜੇ ਸਾਡੇ ਭੰਡਾਰੀ ਹਨ ਅਸ਼ੋਕ, ਜਗਦੀਸ਼, ਦੂਸਰਾ ਅਸ਼ੋਕ, ਇਹਨਾਂ ਦੇ ਨਾਲ ਹੋਰ ਸਾਥੀ, ਇਹਨਾਂ ਨੂੰ ਦੱਸਿਆ ਕਿ ਬਣਾਓ ਜੋ ਵੀ ਚੀਜ਼ ਬਣਾਉਣੀ ਤੁਸੀਂ ਹਿਸਾਬ ਨਾਲ, ਇਸ ਪ੍ਰੋਗਰਾਮ ਸ਼ਿਵਰਾਤਰੀ ਦੇ ਪ੍ਰੋਗਰਾਮ ਦੇ ਮਹਾਰਾਜ ਦੀ ਪ੍ਰੇਰਣਾ ਦੇ ਅਨੁਸਾਰ ਥੋੜ੍ਹਾ ਜਿਹਾ ਸਿਸਟਮ ਬਦਲਿਆ ਜਾਵੇਗਾ, ਕਿਉਂਕਿ ਉਹਨਾਂ ਦਾ ਹੁਕਮ ਹੋਇਆ। ਅਸੀਂ ਦੇਖਦੇ ਹਾਂ ਕਿ ਸੰਗਤਾਂ ਜਿੰਨਾ ਕੁ ਸੇਵਾ ਕਰਨ ਵਾਲੀ ਕੋਈ ਸੇਵਾ ਕਰਦੀ ਹੈ, ਬਾਕੀ ਹੈ ਜਿਹੜੇ ਟੋਲੀਆਂ ਬਣਾ ਕੇ ਬੈਠ ਕੇ ਗੱਲਾਂ ਬਾਤਾਂ ਕਰਦੇ, ਹੋਰ ਕੋਈ ਕੰਮ ਹੁੰਦਾ ਨਹੀਂ। ਅਤੇ ਘਰ ਦੇ ਘਰ ਵਿੱਚ ਉਦੋਂ ਆਏ, ਘਰਦਿਆਂ ਨੂੰ ਦੱਸਿਆ ਕਿ ਅਸੀਂ ਮਹਾਰਾਜ ਦੇ ਦਰਬਾਰ ਵਿੱਚ ਸਮਾਗਮ ਦੇ ਵਿੱਚ ਆ ਰਹੇ ਹਾਂ। ਅਸੀਂ ਤਿੰਨ ਦਿਨ ਸਮਾਗਮ ਦੇ ਵਿੱਚ ਆਏ, ਗੱਲਾਂ ਬਾਤਾਂ ਕੁਝ ਹੋਰ ਹੋ ਰਹੀ ਹੈ, ਇੱਥੇ ਆ ਕੇ ਇਹ ਘਾਟੇ ਦਾ ਸੌਦਾ ਜਿਹੜਾ ਹੈ ਉਹ ਹੋ ਰਿਹਾ। ਜੋ ਸਤਸੰਗ ਹੈ ਇਹ ਖਾਣੇ ਪੀਣੇ ਨਾਲ ਵੀ ਕਈ ਗੁਣਾ ਹਜ਼ਾਰਾਂ ਗੁਣਾ ਉੱਪਰ ਹੈ। ਯਾ ਸੁਖ ਸੇ ਸੁਖ ਸੰਤ ਹੋਣ ਬ੍ਰਹਮ ਸ਼ਬਦ ਕੇ ਮਾਨੀ, ਸਤਿਗੁਰ ਮਿਲੇ ਕਬੀਰ ਸੇ ਤੋ ਸਤ ਲੋਕ ਲੈ ਜਾਏ। ਇਹ ਦੁਨੀਆਂਦਾਰੀ ਦਾ, ਖਾਣੇ ਪੀਣੇ ਦਾ, ਪਹਿਨਣੇ ਦਾ, ਦੇਖਣੇ ਸੁਣਨੇ ਦਾ, ਜੋ ਵੀ ਸੁੱਖ ਹੈ ਸੰਸਾਰ ਦੇ ਵਿੱਚ, ਇਸ ਸੁੱਖ ਨਾਲੋਂ ਹਰ
ਸਾਖੀ ਕਹੋ ਕਬੀਰ ਅਵ ਸਾਗਰ ਮੈਂ ਗੀਤ ਹੈ ਸੁਣ ਕੇ ਲਾਗੇ ਵੀ ਪ੍ਰਾਣੀ ਦੇ ਹਿੱਤ ਵਾਸਤੇ ਸਤਿਗੁਰੂ ਜੀ ਨੇ ਇਹੀ ਵਿਚਾਰ ਕੀਤਾ ਕਿ ਸਾਰੀਆਂ ਗੱਲਾਂ ਨਾਲੋਂ ਸਿੱਖਿਆ ਦੀ ਬਾਣੀ ਜਾਗ ਕਰੀਏ ਇਹ ਜੀਵ ਜਿਹੜਾ ਜਨਮਾਂ ਜਨਮਾਂ ਤੋਂ ਭੁੱਲਿਆ ਹੋਇਆ ਹੈ ਇਹ ਜੀਵ ਜਿਹੜਾ ਜਨਮਾਂ ਜਨਮਾਂ ਤੋਂ ਭੁੱਲਿਆ ਹੋਇਆ ਹੈ ਇਹ ਸੁਣ ਕੇ ਸਿੱਧੇ ਰਸਤੇ ਪੈ ਜਾਵੇ ਇਹਦਾ ਦੁੱਖ ਕੱਟਿਆ ਜਾਵੇ ਆਪਣੇ ਦੁੱਖ ਨੂੰ ਪਾਰ ਕਰ ਜਾਵੇ ਇਸੀ ਤਰ੍ਹਾਂ ਸਤਿਗੁਰੂ ਗਰੀਬ ਦਾਸ ਮਹਾਰਾਜ ਜੀ ਵੀ ਇਹੀ ਵਚਨ ਕਹਿੰਦੇ ਹਨ ਗੁਰੂ ਨਾਨਕ ਸਾਹਿਬ ਜੀ ਇਹੀ ਵਚਨ ਕਹਿੰਦੇ ਹਨ ਗਰੀਬ ਦਾਸ ਮਹਾਰਾਜ ਜੀ ਨੇ ਇਹੀ ਵਚਨ ਕੀਤੇ ਹਨ ਜੇ ਤੇਰੇ ਉਪਜੇ ਨਹੀਂ ਤੂੰ ਸਭ ਸਾਖੀ ਸੁਣ ਲਏ ਜੇ ਤੇਰੇ ਉਪਜੇ ਨਹੀਂ ਤੂੰ ਸਭ ਸਾਖੀ ਸੁਣ ਲਏ ਸਾਖੀ ਬੋਲ ਸਕੀਤ ਹੈ ਜੈਸੇ ਲਾਗੋਣੀ ਖਾਣ ਪੀਣ ਦਾ ਐਡਾ ਬੜਾ ਮਹੱਤਵ ਨਹੀਂ ਜਿੰਨਾ ਸੁਣਨ ਦਾ ਮਹੱਤਵ ਹੈ ਸੁਣ ਕੇ ਉਹਨੂੰ ਧਾਰਨ ਕਰਨ ਦਾ ਮਹੱਤਵ ਹੈ ਜੇ ਤੇਰੇ ਉਪਜੇ ਨਹੀਂ ਤੂੰ ਸ਼ਬਦ ਸਾਖੀ ਸੁਣ ਲਏ ਸਾਖੀ ਬੋਲ ਸਕੀਤ ਹੈ ਜੈਸੇ ਲਾਗੋਣੀ ਇੱਕ ਸ਼ਲੋਕ ਕਹਿੰਦੇ ਜੀ ਸਾਰੀ ਗੱਲ ਕੀ ਕਰਨੀ ਸੰਪੂਰਨ ਹੈ ਕਹਿੰਦੇ ਜੀ ਤੈਨੂੰ ਆਪਣੇ ਆਪ 'ਤੇ ਨਹੀਂ ਪਤਾ ਜਨਮਾਂ ਜਨਮਾਂ ਦਾ ਭੁੱਲਿਆ ਹੋਣ ਕਰਕੇ ਤੈਨੂੰ ਇਹਦੇ ਬਾਰੇ ਨਹੀਂ ਪਤਾ ਆਪ ਇਸ ਜੀਵਨ ਵਿੱਚ ਸਾਡੀ ਸ਼ਬਦ ਸਾਖੀ ਸੁਣ ਲੈ ਸਤਸੰਗ ਵਿੱਚ ਬੈਠ ਕੇ ਸੁਣ ਲੈ ਕਿਆ ਸੁਣਨਾ ਹੈ ਕੀ ਕਰਨਾ ਹੈ ਜਿਹੜਾ ਤੈਨੂੰ ਪਤਾ ਨਹੀਂ ਹੈ ਸਾਖੀ ਬੋਲ ਸੰਗੀਤ ਹੈ ਜੈਸੇ ਲਾਗੋਣੀ ਸਾਖੀ ਬੋਲ ਉਸਨੂੰ ਕਹਿੰਦੇ ਹਨ ਜਿਹੜਾ ਹਰ ਸਮੇਂ ਪ੍ਰਾਣੀ ਦੇ ਸਾਹਮਣੇ ਹਾਜ਼ਰ ਹੋਇਆ ਹੋਵੇ ਇੱਕ ਸੈਕਿੰਡ ਲਈ ਵੀ ਗੈਰ ਹਾਜ਼ਰ ਨਾ ਹੋਵੇ ਪੂਰਾ ਜੀਵਨ ਸਾਹਮਣੇ ਖੜਾ ਰਿਹਾ ਹੁਣ ਦੇਖਦਾ ਰਿਹਾ ਹਰ ਸਮੇਂ ਸਾਖੀ ਹੋਵੇ ਸਾਖੀ ਕਹਿੰਦੇ ਹੋ ਪ੍ਰਭੂ ਜਿਹੜਾ ਤੇਰਾ ਦਿਨ ਰਾਤ ਤੇਰੇ ਸਾਹਮਣੇ ਹੈ ਤੇਰੇ ਕੋਲ ਹੈ ਤੇਰੇ ਵੱਲ ਦੇਖ ਰਿਹਾ ਹੈ ਤੇਰੇ ਸੁੱਤੇ ਪਏ ਦੇਖ ਰਿਹਾ ਤੈਨੂੰ ਜਾਗਦੇ ਨੂੰ ਵੀ ਦੇਖ ਰਿਹਾ ਤੈਨੂੰ ਗੁਣ ਕਰਮ ਕਰਦੇ ਨੂੰ ਦੇਖ ਰਿਹਾ ਹੈ ਤੈਨੂੰ ਪਾਪ ਕਰਮ ਕਰਦੇ ਨੂੰ ਦੇਖ ਰਿਹਾ ਤੈਨੂੰ ਬੋਲਦੇ ਨੂੰ ਵੀ ਦੇਖ ਰਿਹਾ ਹੈ ਸੱਚ ਬੋਲਦੇ ਨੂੰ ਵੀ ਦੇਖ ਰਿਹਾ ਹੈ ਭਜਨ ਸਿਮਰਨ ਕਰਦੇ ਨੂੰ ਵੀ ਦੇਖ ਰਿਹਾ ਹੈ ਕਹਿੰਦੇ ਉਸ ਆਪਣੇ ਪਰਮ ਸੁਨੇਹੀ ਪਰ ਪਿਆਰੇ ਮਾਲਕ ਨੂੰ ਪਿਆਰੇ ਨੂੰ ਜਿਹੜਾ ਤੈਨੂੰ ਸਾਹਮਣੇ ਦੇਖ ਰਿਹਾ ਹੈ ਉਹਦੇ ਨਾਲ ਨੇ ਪਿਆਰ ਕਰ ਬਸ ਇਹੀ ਮੰਤਵ ਇਸ ਵਿਵਹਾਰ ਵਿੱਚ ਇਸ ਤਬੋ ਭੂਮੀ 'ਤੇ ਆਉਂਦਾ ਹੈ ਇਸ ਸਾਧਨ ਦੇ ਨਾਲ ਉਸ ਮਾਲਕ ਦੇ ਨਾਲ ਅਸੀਂ ਪਿਆਰ ਕਰੀਏ ਜਿਹੜੇ ਗੁਰਦੇਵ ਮਹਾਰਾਜ ਜੀ ਦੀ ਅਸੀਂ ਵਾਸੀ ਬਣਾਉਣ ਵਾਸਤੇ ਤਿਆਰ ਹੋ ਰਹੇ ਹਾਂ ਉਸ ਪਿੰਡ ਨੂੰ 2:30 ਵਜੇ ਉੱਠ ਕੇ ਉਸ ਮਾਲਕ ਲਈ ਰੋਂਦੇ ਸਨ ਮੈਂ ਵੀ ਕੋਲ ਕਈ ਵਾਰੀ ਜਾਂਦਾ ਸਾਂ ਅਤੇ ਮੈਨੂੰ ਵੀ ਜਾਗ ਆ ਜਾਂਦੀ ਸੀ ਮਹਾਰਾਜ ਨੂੰ 2:30 ਵਜੇ ਚਾਹੇ 11 ਵਜੇ ਸੌਣ ਕੇ 2:30 ਵਜੇ ਉਹਨਾਂ ਉੱਠਣਾ ਹੁੰਦਾ ਘੰਟਿਆਂ ਬੰਦੀ ਰੋਣਾ ਵੀ ਉਸ ਮਾਲਕ ਦੀ ਯਾਦ ਵਿੱਚ ਗਾਣਾ ਵੀ ਸਭ ਕੁਛ ਆਉਣਾ ਹੈ ਇਹ ਸਵੇਰ ਦਾ ਰੋਜ਼ ਦਾ ਕੰਮ ਥਾ ਉਸੀ ਮਾਲਕ ਨੂੰ ਪਿਆਰ ਕਰਨ ਵਾਸਤੇ ਜਿਵੇਂ ਸਾਡੇ ਗੁਰਦੇਵ ਮਹਾਰਾਜ ਪਿਆਰ ਕਰਦੇ ਸਨ ਉਸੀ ਮਾਲਕ ਨੂੰ ਪਿਆਰ ਕਰਨ ਵਾਸਤੇ ਇਹ ਦਰਬਾਰ ਹੈ ਇਸ ਸਵੇਰ ਦੇ ਜਦੋਂ ਅਸੀਂ ਆਉਂਦੇ ਹਾਂ ਹੋਰ ਕੋਈ ਮਸਲਾ ਇੱਥੇ ਹੱਲ ਨਹੀਂ ਹੁੰਦਾ
कोई राजनीति का मसला नहीं, कोई असैम्बली का साधन नहीं, किसी कोई धन प्राप्त प्राप्त नहीं होगा, किसी की दुनियादारी के कर्जा नहीं सरदियाँ, ब्याह शादियाँ असं इतने करते, किसी तरह का भी दुनियादारी के जरा झंझट है, इसी तरह का मसला जरा इतने आके हल नहीं होगा। सिर्फ एक लक्ष्य है इस परिवार में जान का, उस साहिब की सेवा, उस साहिब का सिमरन, उस साहिब का सत्संग। तीन गल् इस परिवार के अंदर जिहड़ा करता है वह सही है, जिहड़ा नहीं करता उन कुछ प्राप्त नहीं हो सकता, वरना उल्टा आके इतने दोष कर सकता है, क्योंकि महान पुरुषों के तो उस स्थान से आके अभी इधर उधर गल् बड़ा करिए, टोलियां बैठ टोलियों में बैठ के इधर उधर करिए ठीक नहीं है। इसलिए असी ट्रस्ट वालों भी, उस प्रबंधक वालों भी संगतों को बेनती कर रहे हैं कि जिन्हें चिर सत्संग का टाइम है सत्संग में बैठो, जब सेवा का टाइम है उस सेवा भी करो, भोजन का टाइम है भोजन करो, नहीं तो अपने कमरे में बैठ के सतगुरु का ध्यान करो, ताकि थोड़ा समय ज्यादा उस मालिक के दरबार में प्रवान हो जाए। ये प्राणी जन्म जन्म तो भुलिया होया, जन्म मन के चक्कर में लग्या होया, बहुत जन्म तो भटकदा होया, बहुत युगों तो भटकदा होया, हुण इंसान के जन्म में आया है, इस इंसान के जन्म में भी भुलिया होया है, क्योंकि प्राणी सारा जिन्ना समा भुले में हो गया वो भुल जी है इस जन्म में भी नाल ही है। लेकिन ये जन्म सही अर्थों के लेखे च लग जाए, ये भुल दूर हो जाए, बारंबार जन्म लेना मरना आवागमन आवा और गमन आया ना फिर वापस चल जाना, जन्म ले लेना फिर मर जाना, उस अज्ञात लोक के बीच प्राणी आके जन्म लेता है, शरीर धारण करके दुख सुख सहन करके फिर मरता है, मर के वापस जाता है, फिर आता है फिर वापस चल जाता है, इधर इसी तरह चक्कर चलिया होया है। बहुत लंबा समा हो गया, पहले जन्म प्रभु की कृपा न भुल जाते लोग, अगले जन्म फिर अपने दुख इकट्ठे हो जाते हैं जन्म के रूप। इस जन्म के भी देखो, गौर न देखो, दूसरे वाल देखो, जब प्राणी की उम्र थोड़ी जी बड़ी होती है, पहला याद नहीं होता, लेकिन जिसे जरा बड़ी उम्र होती है उत्थे तो अंदर भी आवाज आने लग जाती, हम अगली की तैयारी कर, अगे जान की तैयारी कर, जिस परिवार के नाल, जिस घर के नाल, जिस भूमि के नाल इतने नाता जोड़िया होया है, उन्होंने छड़ के अगे जाने की तैयारी कर, उसके अंदरों आवाज जी अपने आप आती है, लेकिन उस आवाज उस आवाज के सामने वो बेबस किसी को दस भी नहीं सकता, उस आवाज की उलंघना भी नहीं कर सकता, क्योंकि प्रभु परमात्मा साहब की आवाज है, उस आवाज को बदल नहीं सकता, उसकी उलंघना भी नहीं कर सकता, उसको मननी पड़ती आवाज को, और किसी गल मने चाहे ना मने, लेकिन जब आवाज आती अगे जानती तो उन्होंने मनना पड़ा, फिर कहता भी हाँ जाना पड़ना है, जो कुछ इतने संबंध जोड़े सारे भी संबंध टूट गए और अगे चला गया, जे भुलिया हुआ चला गया तो कम सारा उसी तरह जोड़ा है
ਪਿਛਲੇ ਜਨਮ ਵਾਲਾ ਹੀ ਰਹਿ ਗਿਆ। ਆਵਾਗਮਨ ਸੰਭੁਖ ਦੂਜਾ ਹੈ ਨਵੀਂ ਜਨਮੇ ਕੋਈ, ਇਸਕੇ ਨਿਵਾਰਣ ਕੇ ਲੀਏ ਪ੍ਰਭੂ ਭਕਤਿ ਕਰਨੀ ਚਾਹੀਏ, ਐਸਾ ਮਹਾਨ ਪੁਰਸ਼ਾਂ ਨੇ ਕਿਹਾ ਹੈ। ਬਈ ਆਵਾਗਮਨ ਨਿਵਾਰ ਜਿਹੜਾ ਹੈ ਕਿੰਨਾ ਹੋਊਗਾ, ਕਿਹਾ ਅਸੀਂ ਇੱਥੇ ਆ ਕੇ ਗੱਲਾਂ ਬਾਤਾਂ ਕਰਾਂਗੇ ਤਾਂ ਆਵਾਗਮਨ ਹੋ ਸਕਦਾ। ਆਵਾਗਮਨ ਮੁਕਾਉਣ ਵਾਸਤੇ ਕੋਈ ਸਾਨੂੰ ਸੋਚਣਾ ਪਊ, ਕੋਈ ਸਾਨੂੰ ਆਪਣਾ ਸਿਸਟਮ ਬਦਲਣਾ ਪਊ ਆਪਣੇ ਜੀਵਨ ਦੀ। ਆਪਣੇ ਜੀਵਨ ਦੀ ਇਹ ਸਕੇਲ ਹੈ, ਆਪਣੇ ਜੀਵਨ ਵਿੱਚ ਬਦਲਣਾ ਪਊਗਾ, ਸਿਸਟਮ ਨੂੰ ਬਦਲਣਾ ਪਊ, ਆਪਣੇ ਮਨ ਦੀ ਆਦਤ ਨੂੰ ਬਦਲਣਾ ਪਊ। ਇਸੀ ਬਾਤ 'ਤੇ ਸਤਸੰਗ ਹੈ। ਸਤਸੰਗ ਨੂੰ ਸਭ ਤੋਂ ਉੱਚਾ ਅਰਵਿੰਦ ਦੱਸਿਆ ਗਿਆ ਹੈ। ਇਸ ਲਈ ਇਸ ਤਿਉਹਾਰ ਦੀ ਇਸ ਭੂਮੀ ਦੇ ਵਿੱਚ ਇਸ ਚਾਰ ਦੁਆਰੀ ਦੇ ਅੰਦਰ ਆ ਕੇ ਮੈਂ ਬੇਨਤੀ ਕਰਦਾ ਹਾਂ ਕਿ ਨਾ ਸੁੱਖਾਂ ਦੀ ਭਾਲ ਕਰੋ, ਨਾ ਖਾਣ ਪੀਣ ਦੇ ਸਿਸਟਮ ਵੱਲ ਦੇਖੋ। ਜੈਸਾ ਮਿਲ ਗਿਆ ਠੀਕ ਹੈ, ਸਤਿਗੁਰ ਦੇ ਦਰਬਾਰ ਅੰਮ੍ਰਿਤ ਹੀ ਅੰਮ੍ਰਿਤ ਖਾਣ ਵਾਸਤੇ ਪ੍ਰਾਪਤ ਹੁੰਦਾ। ਜੈਸਾ ਮੁਲਖਾ ਮਿਲ ਗਿਆ, ਸੁੱਖਾ ਮਿਲ ਗਿਆ, ਜੈਸਾ ਬਣਾਤਾ ਸੇਵਾਦਾਰਾਂ ਨੇ ਠੀਕ ਹੈ ਖਾਓ ਖਾਓ। ਜੇ ਏਸੀ ਦੀ ਖਬਰ ਲੈਣੀ ਹੋਵੇ ਤਾਂ ਟਾਰਗੇਟ ਵੀ ਆਪਾਂ ਸਾਰੀ ਜ਼ਿੰਦਗੀ ਲਈ ਜਾਂਦੇ ਹਾਂ। ਇੱਥੇ ਆ ਕੇ ਜੇ ਦੋ ਦਿਨ ਗਰਮੀ ਵੀ ਲੱਗੀ ਤਾਂ ਵੀ ਕੋਈ ਗੱਲ ਨਹੀਂ, ਲੇਕਿਨ ਇੱਥੇ ਆ ਕੇ ਸਾਨੂੰ ਪ੍ਰਾਪਤੀ ਕਿਆ ਹੋਈ, ਦੇਖਣ ਵਾਲੀ ਗੱਲ ਕਰਦੇ ਹੋਏ ਸਤਿਗੁਰ ਵੀ ਦੇਖ ਕੇ ਹੱਸਦੇ ਹਨ, ਮੁਸਕਰਾਉਂਦੇ ਹਨ ਕਿ ਪ੍ਰਾਣੀ ਘਰ ਦਾ ਟਾਈਮ ਵੀ ਕੱਢ ਗਿਆ, ਜਿਹੜਾ ਘਰ ਬਾਰ ਘਰ ਦੇ ਕੰਮ ਵੀ ਛੱਡਿਆ ਜਿਹੜੇ ਉਹਨਾਂ ਕਰਨੇ ਆ, ਇੱਥੇ ਵੀ ਆ ਜਾਂਦਾ। ਇੱਥੇ ਆ ਕੇ ਜੋ ਵੀ ਗੱਲਾਂ ਬਾਤਾਂ ਚੱਲਦੀਆਂ ਕੋਈ ਮਤਲਬ ਨਹੀਂ ਸਤਿਗੁਰਾਂ ਨਾਲ, ਕੋਈ ਮਤਲਬ ਨਹੀਂ ਸੁਣਨ ਨਾਲ, ਕੋਈ ਮਤਲਬ ਨਹੀਂ ਸਤਸੰਗ ਨਾਲ। ਬਸ ਪੈਣ ਪੈਣ ਨੂੰ ਜਗ੍ਹਾ ਠੀਕ ਮਿਲ ਜਾਵੇ, ਬਸ ਇੰਨੇ ਨਾਲ ਹੋ ਗਿਆ। ਮਹਾਰਾਜ ਦਰਬਾਰ ਵਿੱਚ ਤਿੰਨ ਦਿਨ ਹਾਜ਼ਰੀ ਲਾਏ ਗਏ, ਹਾਜ਼ਰੀਆਂ ਲੱਗੀ ਕਰਨੀ, ਇਹ ਹਾਜ਼ਰੀ ਨਹੀਂ ਲੱਗਦੀ ਸੀ। ਇਸ ਤਰ੍ਹਾਂ ਹਾਜ਼ਰੀ ਨਹੀਂ ਲੱਗਦੀ ਜਦ ਤੱਕ ਅਸੀਂ ਆਪਣੇ ਮਨ ਨੂੰ ਠੀਕ ਕਰਕੇ ਸਤਿਗੁਰਾਂ ਨਾਲ ਜੋੜ ਕੇ ਇਸ ਜੀਵਨ ਵਿੱਚ ਸੇਵਾ ਸਿਮਰਨ ਸਤਸੰਗ ਦੇ ਨਾਲ ਨਹੀਂ ਜੁੜਦੇ ਉਦੋਂ ਤੱਕ ਸਾਡਾ ਜੀਵਨ ਨਹੀਂ ਬਦਲ ਸਕਦਾ। ਇਹ ਤਿੰਨੇ ਕਾਰਜ ਹਨ ਜਿਹੜੇ ਸਤਿਗੁਰ ਦੇ ਦਰਬਾਰ ਵਿੱਚ ਆ ਕੇ ਸਾਨੂੰ ਕਰਨੇ ਦੀ ਲੋੜ ਹੈ, ਸੇਵਾ ਸਿਮਰਨ ਸਤਸੰਗ। ਸ੍ਰਿਸ਼ਟੀ ਮੈਂ ਬੇਨਤੀ ਕਰਦਾ ਹਾਂ ਕਿ ਪਿਛਲੇ ਸ਼ਿਵਰਾਤਰੀ ਨੂੰ ਵੀ ਇਹ ਸਾਰਾ ਪ੍ਰਬੰਧ ਸਿਸਟਮ ਬਦਲਿਆ ਤਾ, ਇਸ ਵਾਰ ਵੀ ਸਤਸੰਗ ਦਾ ਟਾਈਮ ਟੇਬਲ ਸਾਰਾ ਰੱਖਿਆ ਗਿਆ ਹੈ। ਮੇਰੇ ਬੰਦੀਸ਼ੋਰ ਮਹਾਰਾਜ ਜੋ ਬਾਣੀ ਵਿੱਚ ਸਾਨੂੰ ਸੁਚੇਤ ਕਰ ਰਹੇ ਹਨ, ਜਗਾ ਰਹੇ ਹਨ, ਜੋ ਵਚਨ ਕਰ ਰਹੇ ਹਨ, ਉਹਨਾਂ ਵਚਨਾਂ ਨੂੰ ਸੁਣਨ ਦੀ ਕੋਸ਼ਿਸ਼ ਕਰੋ, ਉਹਨਾਂ ਵਚਨਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਬਦਲਣ ਦੀ ਕੋਸ਼ਿਸ਼ ਕਰੋ, ਤਾਂ ਕਿ ਇਸ ਮਹਾਨ ਪੁਰਸ਼ਾਂ ਦੀ ਗੁਰੂਆਂ ਦੀ ਇਸ ਤਪ ਭੂਮੀ ਦੇ ਅੰਦਰ, ਸੇਵਾ ਭੂਮੀ ਦੇ ਅੰਦਰ ਅਸੀਂ ਆਪਣੇ ਆਉਣ ਦਾ ਮਤਲਬ ਲਾਭ ਪ੍ਰਾਪਤ ਕਰ ਸਕੀਏ। ਸਤਿਗੁਰ ਸਾਹਿਬ ਬੰਦੀਸ਼ਵਰ ਮਹਾਰਾਜ ਜੀ ਦੀ ਜੋ ਅੰਮ੍ਰਿਤਮਈ ਬਾਣੀ ਹੈ, ਬਹੁਤ ਉੱਚੀ ਸੁੱਚੀ ਬਾਣੀ ਹੈ। ਸਤਿਗੁਰੂ ਕਬੀਰ ਸਾਹਿਬ ਮਹਾਰਾਜ 618 ਸਾਲ ਪਹਿਲਾਂ ਕਾਸ਼ੀ ਦੇ ਵਿੱਚ ਅਵਤਾਰ ਲੈ ਕੇ ਆ ਗਏ। ਉਸ ਸਮੇਂ ਉੱਥੇ ਮਿਥਿਆ ਪਰਮ ਅਖੰਡ ਜਿਹੜੇ ਹੈ ਉਹ ਬਹੁਤ ਚੱਲੇ ਹੋਏ ਸੀ, ਉਹ ਪ੍ਰਭੂ ਪਰਮਾਤਮਾ ਨੂੰ ਗੱਲਾਂ ਪਸੰਦ ਨਹੀਂ ਹਨ। ਪਰਮ ਅਖੰਡ ਜਿਹੜੇ ਹਨ ਉਹਦੇ ਨਾਲ ਪ੍ਰਾਣੀ ਉਸ ਮਾਲਕ ਨਾਲ ਨਹੀਂ ਜੁੜ ਸਕਦਾ। ਉਹਨਾਂ ਦੀ ਸਤਿਗੁਰੂ ਜੀ ਨੇ ਜੋ ਨਾਰ ਸ਼ਬਦਾਂ ਵਿੱਚ ਬਾਣੀ ਵਿੱਚ
खंडन करते हुए सही बाणी का उच्चारण किया। लेकिन संपत्ति कहते साच तो मर ना आवे झूठ कहा नहीं जाई। कहते जे सच कहने तो दुनिया के लोग सू मार करते क्योंकि सच्ची गल सुन को तैयार नहीं है। उस ठीक उस पागल वाली अवस्था है जिदा किसी पागल दवाई देने की कोशिश करिए ठीक करने वास्ते उ मारने पैदा है। दवाई नहीं खाना बड़ा तो मारने पैदा जो दवाई देगी वही भुले हुए जीव की अवस्था है। जो गुरु नानक का गुस्सा करता है साज कम तो मन ना पे झूठ कहा नहीं जाइए। झूठ सत नहीं कह होंगे तो सच्चिया गलों जी कही मन बात लोगों के पलटू दस दिन सच्ची गल कही और मगर पै गए दुश्मन बन गए। आखिर एक झौंपड़ी में बैठे हुए उन्होंने अग ला दी फिर खूब जाल दिया और महापुरुषों को कौन जाल सकता है। थोड़े दिन जल गए सारे पूर्व जल गया शरीर भी जल गया। दूए दिन उठे लागे तीर्थ साहब के पलटू साहब घूमते हुए सारे मिल जुल रहे उन्होंने कौन जाल दिया। इसी तरह कबीर साहब महाराज दी जो बाणी थी उन्होंने तय सहस किया गया है बावन लाख बाणी जो दीवी होए थे शेख तकी पीर ने बावन लाख बाणी जी थी ना सतगुरु की गुरु दी गंगा के विच ये जी बाणी है ये जो कुछ असं कर रहे हैं वह सारा विरोध हो गया। सच्ची गल सच्चे गलों की दुनिया के दुकानदार चलती नहीं थी और सब फुट फुट की कोशिश की गई। वही सतगुरु 200 साल बाद हूँ तो 299 साल पहला है सतगुरु जी गरीबदास महाराज के रूप से आए उस इलाके आए जो बंगर का इलाका है जिते बिल्कुल लोग जो बुजुर्ग लोग किसी कोई सीधी तरह बुलाता नहीं बाल कटी वगैरह गल नहीं करते उन्होंने बंगर का इलाका कहते बिल्कुल पुठे दिमाग वाले लोग उठे आके सतगुरु जी ने अवतार लिया उठे आके सतगुरु जी ने अवतार लिया उन्होंने लोगों को उतारन वास्ते उन्हें जीवन का उधार करने वास्ते सतगुरु जी उठे आए। उन्होंने बाणी की रचना की कि बड़ा ग्रंथ साहब रचा गया कबीर साहब महाराज का ही रूप और इस ग्रंथ साहब के जो कबीर साहब महाराज के स्वरूप की जरा वर्णन होया है किसी भी कबीर पंथी विद्वानों ने इस करके कबीर साहब महाराज के पर विशेष धर्मदास जी उस रूप का वर्णन नहीं कर सके जो गरीबदास महाराज ने कबीर साहब जी के रूप का वर्णन किया है। यह एडा बड़ा ग्रंथ साहब जरा है दुनिया की मिसाल है क्योंकि ही सतगुरों द्वारा बाणी की रचना हुई है। कबीर साहब महाराज गरीबदास जी के रूप में बाणी की रचना करते हैं। इस बाणी के अंदर किड़े किड़े दृश्य के हुए हैं इन बारे आम जनता को पता नहीं है। सतगुरु जी दया कृपा कर महान पुरुषों से ताकि बाणी के रहस्य संतों में प्रकट हो जाए। वही सतगुरु तीसरे दिन में जो आए इस नगर में आया कृपा तो उन्होंने बहुत दूर दूर तक की सतगुरु पूरी वाले महाराज ने लेकिन लेकिन मैं समझता हाँ कि दूनी कंडी बीर का जरा साढ़ा गुजर समाज है ये विशेष कृपा करने वास्ते सतगुरु जी पहुंचे क्योंकि इस समाज के उस समय बहुत गरीबी पिछड़ापन अनपढ़ता पता ही नहीं था लोगों को कि क्या कोई बाणी हुई है क्या कोई महापुरुष होते हैं क्या सत्संग होता है कुछ भी पता नहीं था। साढ़े लागे गंढी दूर गीते लागे सतगुरु जी स्पैशल इस इलाके आए सारे पिछड़े हुए इलाके आए खुली हुई जनता इतने की जनता जगा वास्ते सतगुरु जी तीसरे रूप में आए जिन्होंने बाणी प्रगट की
ਇਹ ਬਾਣੀ ਪ੍ਰਗਟ ਹੋਈ ਸਤਿਗੁਰਾਂ ਦੇ ਪੈਰ ਵਿੱਚ, ਗੁਰੀ ਵਾਲੇ ਮਾਲਕ ਦੇ ਪੈਰ ਵਿੱਚ ਪ੍ਰਗਟ ਹੋਈ ਬਾਣੀ, ਉਹੀ ਬਾਣੀ ਜਿਹੜੀ ਹੈ ਅਸਾਂ ਦਰਸ਼ਨ ਹੋ ਰਹੇ ਹਨ। ਇਸ ਲਈ ਇਹ ਤਿੰਨੇ ਗੁਰੂ ਤਿੰਨੇ ਸਤਿਗੁਰ ਇੱਕ ਸ੍ਰਿੰਖਲਾ ਦੀ ਇੱਕ ਕੜੀ ਇੱਕ ਸ੍ਰਿੰਖਲਾ ਦੀ ਤਿੰਨ ਕੜੀਆਂ ਹਨ। ਇੱਕ ਮਹਾਨ ਜੋਤ ਤਿੰਨਾਂ ਰੂਪਾਂ ਦੇ ਵਿੱਚ ਆਈ, ਤਿੰਨਾਂ ਰੂਪਾਂ ਦੇ ਵਿੱਚ ਉਹਨਾਂ ਨੇ ਐਸੇ ਇਲਾਕਿਆਂ ਦੇ ਵਿੱਚ ਆ ਕੇ ਜਿਹੜੇ ਗਰੀਬ ਇਲਾਕਾ ਹੈ ਜਾਂ ਬਾਂਗਰ ਦਾ ਇਲਾਕਾ ਹੈ ਜਾਂ ਕਾਸ਼ੀ ਦਾ ਤੁਹਾਨੂੰ ਕੰਢਣਾ ਵਾਲਾ ਇਲਾਕਾ ਹੈ, ਉੱਥੇ ਦਾ ਵਿਕਾਰ ਕਰਨ ਵਾਸਤੇ ਸਤਿਗੁਰੂ ਜੀ ਪ੍ਰਗਟ ਹੋਏ। ਪ੍ਰਭੂ ਪਰਮਾਤਮਾ ਸਾਹਿਬ ਪੂਰਨ ਬ੍ਰਹਮ ਆਪ ਹੀ ਉਤਰ ਕੇ ਆਏ ਤੋ ਉਹਨਾਂ ਦੀ ਅੰਮ੍ਰਿਤਮਈ ਬਾਣੀ ਦਾ ਜਿਹੜਾ ਸਤਸੰਗ ਹੈ ਉਹਨੂੰ ਸੁਣਨ ਦੀ ਲੋੜ ਹੈ, ਕਿਉਂਕਿ ਹਰ ਜੀ ਜਿਹੜੀ ਵਿਚਾਰਿਆ ਸਾਖੀ ਕਰੋ ਕਬੀਰ ਅਵ ਸਾਗਰ ਮੇ ਜੀਵ ਹੈ ਸੁਣ ਕੇ ਲਾਗੇ ਜੀਵ, ਜੇ ਸੁਣੂਗਾ ਤਾਂ ਹੀ ਗਰਮ ਬਣੂ। ਸਤਸੰਗ ਸੁਣਨ ਦੇ ਨਾਲ ਪ੍ਰਾਣੀ ਦੇ ਅੰਦਰ ਬਹੁਤ ਬਹੁਤ ਪਰਿਵਰਤਨ ਆਉਂਦਾ ਹੈ। ਸਤਸੰਗ ਹੀ ਇੱਕ ਮਹਾਨ ਹੈ, ਹੋਰ ਗ੍ਰੰਥਕਾਰ ਇਹੀ ਅਰਥ ਹੈ ਕਾਰੋ ਸਾਧ ਸਤਸੰਗਾ ਰੇ ਗੁਰੂ ਦਾਸ ਮਾਤਾ ਜੀ ਨੇ ਕਿਹਾ ਪ੍ਰਥਮ ਭਗਤੀ ਸੰਤਨ ਪ੍ਰਸੰਗਾ, ਭਗਤੀ ਦਾ ਮਾਰਗ ਹੀ ਤੋਂ ਸ਼ੁਰੂ ਹੁੰਦਾ ਹੈ ਸਤਸੰਗ ਤੋਂ। ਜਿਸ ਨੂੰ ਸਤਸੰਗ ਪਸੰਦ ਨਹੀਂ ਉਸਨੂੰ ਬਹੁਤ ਕੁਛ ਵੀ ਪਸੰਦ ਨਹੀਂ ਆ ਸਕਦਾ ਤਾਂ ਫਿਰ ਰਹੇ। ਇਸ ਲਈ ਪਿਛਲੇ ਸਮਾਗਮ ਦੇ ਵੀ ਪ੍ਰਬੰਧ ਦਾ ਸਿਸਟਮ ਬਦਲਿਆ ਥਾ, ਇਸ ਵਾਰ ਵੀ ਕੁਛ ਸਿਸਟਮ ਜਿਹੜਾ ਹੈ ਸਤਸੰਗ ਦਾ ਬਦਲ ਕੇ ਰੱਖਿਆ ਗਿਆ ਹੈ। ਤੋ ਮੇਰੀ ਸਾਰੀ ਹੀ ਸੰਗਤ ਨੂੰ ਇਹ ਬੇਨਤੀ ਹੈ ਕਿ ਬੰਦੀਸ਼ਵਰ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦਾ ਵੀ ਸਤਸੰਗ ਮੈਨੂੰ ਗੁਰਦੇਵ ਮਹਾਰਾਜ ਨੇ ਸਤਿਗੁਰਾਂ ਨੇ ਜੋ ਜੀ 42 ਸਾਲ ਦਾ ਸਮਾਂ ਉਹਨਾਂ ਦੇ ਚਰਨਾਂ ਵਿੱਚ ਆਏ ਨੂੰ ਹੋਇਆ, ਜੋ ਵੀ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ, ਜੋ ਵੀ ਉਹਨਾਂ ਨੇ ਦੱਸਿਆ, ਜੋ ਵੀ ਉਹਨਾਂ ਦੀ ਕਿਰਪਾ ਦਿਆ ਨਾਲ ਮੇਰੀ ਸਮਝ ਬੁੱਧੀ ਚੱਲਦਾ ਹੈ, ਉਹ ਮੈਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਜਸ ਗਾਨ ਸੰਗਤਾਂ ਦੇ ਸਾਹਮਣੇ ਸੁਣਾ ਕੇ ਆਪਣੇ ਆਪ ਨੂੰ ਧੰਨਵਾਦ ਕਰੂੰਗਾ, ਸੰਗਤਾਂ ਦੇ ਲਈ ਸੁਣਾ ਕੇ ਆਸ ਰੱਖੂੰਗਾ ਕਿ ਸੰਗਤਾਂ ਬੰਦੀਸ਼ਵਰ ਮਹਾਰਾਜ ਦੀ ਬਾਣੀ ਸੁਣ ਕੇ ਸਤਸੰਗ ਸੁਣ ਕੇ ਆਪਣੇ ਜੀਵਨ ਨੂੰ ਬਦਲ ਕੇ ਸਹਿਬ ਦੇ ਚਰਨਾਂ ਨਾਲ ਜੋੜ ਕੇ ਇਸ ਜੀਵਨ ਵਿੱਚ ਲਾਭ ਪ੍ਰਾਪਤ ਕਰ ਸਕਣ। ਇਸੀ ਵਾਸਤੇ ਇਹਨਾਂ ਦਿਨਾਂ ਦਾ ਜਿਹੜਾ ਸਤਸੰਗ ਹੈ ਉਹ ਜਗ੍ਹਾ ਜਗ੍ਹਾ ਲਿਖਿਆ ਗਿਆ, ਭੰਡਾਰ ਹਾਲ ਦੇ ਵਿੱਚ ਸਤਸੰਗ ਜਿਹੜਾ ਹੈ ਸ਼ਾਮ ਨੂੰ ਹੋਵੇਗਾ। ਤੋ ਸਤਸੰਗ ਦੇ ਵਿੱਚ ਜਦੋਂ ਸਤਸੰਗ ਹੋਵੇ ਮੇਰੀ ਇਹ ਬੇਨਤੀ ਹੈ ਭੰਡਾਰੀਆਂ ਨੂੰ ਵੀ, ਚਾਹੇ ਚਾਹ ਵਾਲੇ ਪਾਸੇ ਹੈ, ਚਾਹੇ ਰੋਟੀ ਵਾਲਾ ਪਾਸਾ ਹੈ, ਚਾਹੇ ਰੋਟੀ ਬਣਾਉਣ ਵਾਲਾ ਪਾਸਾ ਹੈ, ਭੰਡਾਰ ਵਿੱਚ ਜਿੱਥੇ ਵੀ ਹੈ, ਸਾਰੇ ਪਾਸੇ ਜਿਹੜਾ ਹੈ ਸੇਵਾ ਬੰਦ ਕਰਕੇ ਜਿੰਨੀ ਦੇਰ ਇਹ ਘੰਟੇ ਦਾ ਸਤਸੰਗ ਹੈ ਸਤਸੰਗ ਦੇ ਵਿੱਚ ਬੈਠ ਕੇ ਸਤਸੰਗ ਨੂੰ ਜ਼ਰੂਰ ਸੁਣੋ। ਬੰਦੀਸ਼ਵਰ ਮਹਾਰਾਜ ਦੇ ਸਤਿਗੁਰਾਂ ਨੇ ਵੀ ਸੰਗਤਾਂ ਦੇ ਵਿੱਚ ਸਤਸੰਗ ਕੀਤਾ ਹੈ ਇਸ ਗ੍ਰੰਥ ਸਾਹਿਬ ਦੇ ਵਿੱਚ, ਜਿੱਥੇ ਉਹ ਬਾਣੀ ਜਾਣ ਕਰਦੇ ਸਨ ਵਾਰਤਾ ਰੂਪ ਦੇ ਵਿੱਚ ਵੀ ਉਹ ਸਤਸੰਗ ਬੋਲਦੇ ਸਨ। ਉਹਨਾਂ ਦੇ ਵਾਰਤਾ ਰੂਪ ਦੇ ਵਿੱਚ ਜੋ ਸਤਸੰਗ ਹੈ ਉਹ ਸੰਗਤਾਂ ਦੇ ਵਿੱਚ ਸੁਣਾਇਆ ਜਾਵੇਗਾ। ਤੋ ਸਤਸੰਗ ਜਿਹੜਾ ਹੈ ਉਸਨੂੰ ਵਿਸ਼ੇਸ਼ ਮਹੱਤਤਾ ਸਭੀ ਸੰਗਤਾਂ ਦੇਣ, ਐਸੀ ਮੇਰੀ ਬੇਨਤੀ ਹੈ। ਇਹ ਤੋਂ ਇਲਾਵਾ ਅਸੀਂ ਹੋਰ ਕੋਈ ਜ਼ਿਆਦਾ ਕਿਸੇ ਕਿਸਮ ਦੇ ਬੰਧਨ ਵਿੱਚ ਨਹੀਂ ਪਾਉਂਦੇ, ਕੋਈ ਹੋਰ ਨਿਯਮ ਨਹੀਂ ਲਾਗੂ ਕਰਦੇ ਸੰਗਤਾਂ 'ਤੇ, ਕੋਈ ਮੰਗ ਨਹੀਂ ਹੈ। ਲੇਕਿਨ ਸਤਸੰਗ ਨੂੰ ਮਹੱਤਤਾ ਦਿਓ। ਬਹੁਤ ਵਾਰ ਸੁਣਿਆ ਗਿਆ ਹੈ ਕਿ ਸਾਡੇ ਸਤਿਗੁਰਾਂ ਦੇ ਸਤਸੰਗ ਦੇ ਵਿੱਚ ਬਹੁਤ ਲੋਕ ਦੀ ਰੌਲਾ ਪਾਈ ਜਾਂਦੀ ਹੈ, ਅੱਗੇ ਬੋਲੀ ਜਾਂਦੇ ਹਨ।
जबकि बहुत जगह ऐसे सत्संग होंगे जिसे लोग शांत होकर सारे बैठे हुए हैं। क्या कारण है? एक कमी है सत्संग महत्व ना देना, इसके नाल क्या प्राप्ति होगी? प्राणी सुखी दसू कर कोट बस संगत साधु की जल में पहन का कह भी है जिन्हें मर्जी साधु वाले को भी जाओ, जिन्हें मर्जी टूटे क्या तो भी जाओ, जे अंदर असर ही नहीं कोई करना तो पानी नहीं पत्थर 12 साल प्या रहे जल में पहन का क्या पीजे। चंद्र मन में रवे लाभ है बांस मन भी ना सीजे, कहते चंद्र मन के वृक्षा अपनी स्मृति के नाल चंदन वर्गे बड़ा आनंद ले करें, बांस अपने बिच थोड़ा असर नहीं होने देना। वो जीव बांस रूप है जिसके अंदर सतगुरों का प्यार पैदा नहीं होता। अज गुरुआ की सच्ची श्रद्धांजलि साढ़े लिए गुरुदेव महाराज की बरसी से साड़ी सच्ची श्रद्धांजलि साड़ी यही है कि जेडे सतगुरु वो रोते सन घंटे बंदी वो करके उठ के रोते सन, जेडे सतगुरु उन्होंने सारा जीवन लाया है अपना, जेडे सतगुरों ने सारा जीवन उन्होंने कठिनाई की सेवा चलिया है उन्होंने की श्रद्धांजलि दे सकते हैं। उन्होंने सच्ची श्रद्धांजलि यह है कि जेडे सतगुरु नाल साहब नाल प्यार करते सन, जिंद पिछे वो रोते सन, असी भी थोड़ा जहा उस मालिक नाल प्यार करने की कोशिश करिए। होर कुटिया के बच्चे आकर होर प्रबंध का प्रबंध दी या सेवा वाल ध्यान दीजिए कि जो नुक्श ना कटिए, सिर्फ मेन लक्ष्य वो पकड़िए। इस दरबार में जाके महान दरबार है जिसे अने गुरु ने तप भजन किया सिमरन किया है, एक पवित्र धरती है, इतने आके होर कोई मसले हल नहीं होंगे, सिर्फ प्राणी के लिए एक अपना जीवन सुधार कर वास्ते सतगुरों के वचन सुन के सतगुरों की सेवा करके सतगुरों का सत्संग सुन के सिमरन करके अपने जीवन के राह प्राप्त करने हैं। सो इस वास्ते मैं सारिया संतान गुरुदेव महाराज जी का उन्होंने पवित्र याद में दो सहज पाठ चल रहे हैं, एक अवतार स्थान के एक इस मंदिर के अंदर दरबार में दो सहज पाठ गुरु महाराज जी पवित्र याद, तीसरा ये बंदीशोर महाराज जी का बचना लगन याद हमने हम शुरू हो रहा है। ये सब संतान के वालों गुरु महाराज जी के पवित्र याद में याद हो रहे हैं। कोई सतगुरां दी बाणी का पाठ सुन लवे बैठ के सुन लवे दरबार जाके उन्हों भी लाभ प्राप्त होंगे, लेकिन अगर पाठ की समझ में नहीं आती तो सत्संग बैठ के गौर के नाल सत्संग के बचन ध्यान करो सुनो, सुनने का बहुत बड़ा चमत्कार है, सुन के नाल ही सब कुछ प्राप्त होता है। उपदेश के अंग में सतगुरु जी ने यह भी कहा है कि मूल कला उपदेश है, जे कोई समझे जीव बिन उपदेश ना पाईए और बिन सुनाई की जिन सुनों ने जी नहीं करता उसके लिए बड़ा मुश्किल है। मूल कला उपदेश है जे कोई समझे जीव, ये बंदीशोर महाराज का कोई भी बच्चे साढ़े हृदय कर कर जाए तो साढ़ा जीवन बदल सकता है, सतगुरु का प्यार साढ़े हृदय बन सकता है, लेकिन सुन के नाल रहेगा। इसलिए सत्संग सारे काम बंद करके सत्संग बैठ कर सत्संग सुनो, सत्संग बैठ कर परमेश्वर महाराज का जसवान सुनो, परसों तक परमेश्वर महाराज की बाणी के हम जाप भी चलते हैं, नाल नाल सत्संग भी शाम पर सवेर में पर शाम परसों करता रहना है, नाल नाल कई संख्या वास्ते पौधे पानी की सेवा है, सेवा करने वाले सेवा करेंगे। बंदीशोर महाराज साहब के दरबार में
मेरे गुरुदेव महाराज जी ने 20 साल पहला बाणी छुपा के संस्था में मंडी थी। पिछले साल इसी महाराज जी 9वीं वर्षी से बाणी छपाण का दरबार साहब छपाण का संकल्प लिया गया था। गुरु महाराज के वर्षी के समागम से भी स्पीकर में अनाउंस किया गया था कि बाणी दरबार साहब छपने शुरू हो चुके हैं। तो गुरु महाराज जी की महान महान कृपा दया नाल, सतगुरां की महान कृपा दया नाल तो कार्य गुरु महाराज की बरसी से संपूर्ण हो रहा है। सब कर दरबार साहब संतां वास्ते बहुत जगह पहुँच चुके हैं। ये गुरु महाराज जी की महान कृपा दया साड़ी सारी संगत से ट्रस्ट से संगत से है जिन्हें सभी ने बिल्कुल पाके बंदीश्वर महाराज की बाणी के सहयोग किया है, बाणी की सेवा हुई है, साढ़े कृपा दया हुई है कि साल डेढ़ साल के उन्होंने बाणी की सेवा बख्शिश करा दी, विघन संपूर्ण करवाया है। सो बहुत बहुत धन्यवाद संस्था देना है इस काम की कि दरबार साहब छप के तो कार्य संपूर्ण हो गया है। सो हम साहब जी के